ਹਾਂਜੀ ਹਾਂ, ਉਪਰਾਲਾ ਕਰਾਂਗੇ, ਪੂਰਾ ਨਸ਼ਾ ਮੁਕਤ ਕਰਾਂਗੇ ਪਿੰਡ ਨੂੰ। ਜੇ ਆਪਾਂ ਖੜੇ ਹਾਂ ਤਾਂ ਖੜੇ ਹਾਂ, ਦੇਖੋ ਸਰਪੰਚ ਆ ਸਾਰੇ ਆਪਾਂ ਨੂੰ ਵਧੀਆ ਨੇ, ਉਹ ਵੀ ਨਹੀਂ ਮਾੜੇ। 101% ਸਾਡੀ ਜਿੱਤ ਗਰੰਟਡ ਹੈ, ਹੈ ਨਾ, ਪਰ ਆਪਾਂ ਇਹਦੇ ਨਾਲ ਡਟ ਕੇ ਖੜ ਗਏ। ਅਸੀਂ ਆਪਣੇ ਮਾਡਲ ਟਾਊਨ ਗਏ ਜੀ ਕੱਲ, ਉੱਥੇ ਵੀ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਹੈ। ਗੱਲ ਨਿਬੜ ਗਈ, ਹੁਣ ਤਾਂ ਜਿੱਤ ਵਾਲੇ ਪਾਸੇ ਹੈਗੇ, ਠੀਕ ਹੈ, ਪਹਿਲੇ ਨੰਬਰ 'ਤੇ ਆ, 101% ਜਿੱਤ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਖੜਿਆਂਗੇ ਪਿੰਡ ਛਾਜਲੀ, ਸਰਪੰਚੀ ਦੀ ਵੱਡੀ ਚੋਣ ਜਿਹੜੀ ਆ ਪਿੰਡ ਛਾਜਲੀ ਦੇ ਵਿੱਚ ਤਿੱਖਾ ਮੁਕਾਬਲਾ ਚੱਲ ਰਿਹਾ। 3 ਕੈਂਡੀਡੇਟ ਨੇ ਇੱਥੇ ਇਸ ਵਕਤ, ਨਿਰਮਲ ਸਿੰਘ ਕਾਲਾ ਖੰਗੂੜਾ ਜੋ ਕਿ ਚੋਣ ਮੁਹਿੰਮ ਦੇ ਵਿੱਚ ਚੱਲਿਆ ਹੋਇਆ ਹੈ, ਸਮਰੋਹਪਤੀ ਦੇ ਵਿੱਚ ਵੱਡਾ ਸਨਮਾਨ ਹੋ ਰਿਹਾ ਹੈ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਸਰੋਪੋ ਪਾ ਕੇ ਅਤੇ ਬਾਹਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕੀ ਖਾਲਸਾ। ਹਾਂਜੀ ਹਾਂ, ਕੀ ਕਹਿਣਾ ਚਾਹੁੰਦੇ ਹੋ, ਜਿੰਨਾ ਪਿਆਰ ਮਿਲ ਰਿਹਾ ਹੈ ਸੰਗਤ ਦਾ, ਬਹੁਤ ਬਹੁਤ ਧੰਨਵਾਦ ਜੀ, ਸਮਰੋਹਪਤੀ ਦਾ ਬਹੁਤ ਬਹੁਤ ਧੰਨਵਾਦ। ਅੱਜ ਬਹੁਤ ਖੁਸ਼ੀ ਹੋਈ ਕਿ ਆਪਾਂ ਨੂੰ ਨਗਰ ਇੰਨਾ ਸਹਿਯੋਗ ਦੇ ਰਿਹਾ। ਕਿਹੋ ਜਿਹਾ ਲੱਗਦਾ ਬਾਈ ਮੁਕਾਬਲਾ, ਕਿਹੋ ਜਿਹਾ ਲੱਗਦਾ ਤੁਸੀਂ ਹੁਣ ਸਾਰੇ ਰੌਡ ਲਾ ਕੇ ਆਏ ਹੋ, ਕੁੱਲ ਮਿਲਾ ਕੇ ਕਿਹੋ ਜਿਹਾ ਲੱਗਦਾ ਪਿੰਡ ਦੇ ਵਿੱਚੋਂ? ਠੀਕ ਹੈ ਜੀ, ਮੁਕਾਬਲਾ ਜਿੱਤਾਂਗੇ ਜੀ। ਠੀਕ ਹੈ, ਹਾਂਜੀ ਹਾਂ। ਅੱਜ ਤੱਕ ਤਾਂ ਸਾਨੂੰ ਐਂ ਸੀ ਵੀ ਟਫ ਮੁਕਾਬਲਾ, ਪਰ ਅੱਜ ਦੀ ਸਾਡੀ ਆਹ ਜਿਹੜਾ ਇੰਨਾ ਸਮਰੋਹਪਤੀ ਜੋ ਸਾਨੂੰ ਮਾਣ ਸਤਿਕਾਰ ਮਿਲਿਆ, 101% ਸਾਡੀ ਜਿੱਤ ਗਰੰਟਡ ਹੈ। ਠੀਕ ਹੈ, ਅੱਜ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਮਾਤਾ ਜੀ, ਕੀ ਕਹਿਣਾ ਚਾਹੁੰਦੇ ਚੋਣ ਬਾਰੇ ਸਰਪੰਚੀ? ਅਸੀਂ ਤਾਂ ਚੋਣ ਬਾਰੇ ਇਹੀ ਕਹਿ ਰਹੇ ਹਾਂ ਵੀ ਜਦੋਂ ਅਸੀਂ ਨਾਲ ਖੜੇ ਹਾਂ ਜਿੱਤਾਂਗੇ। ਬਾਕੀ ਮੈਂ ਸੰਗਤ ਨੂੰ ਵੀ ਬੇਨਤੀ ਕਰਨੀ ਆ, ਦੇਖੋ ਇਹਦੇ 'ਚ ਡੋਗਲਾ ਪੜਨਾ ਕਰਿਓ, ਜੇ ਆਪਾਂ ਖੜੇ ਹਾਂ ਤਾਂ ਖੜੇ ਹਾਂ। ਦੇਖੋ ਸਰਪੰਚ ਆ ਸਾਰੇ ਆਪਾਂ ਨੂੰ ਵਧੀਆ ਨੇ, ਉਹ ਵੀ ਨਹੀਂ ਮਾੜੇ, ਇਹ ਵੀ ਨਹੀਂ ਮਾੜੇ, ਚੰਗੇ ਨੇ, ਮੋਰ ਤਾਂ ਆਪਾਂ ਨੂੰ ਸਾਰੇ ਲਾਉਣਗੇ ਜਿਹੜਾ ਜਿੱਤ ਜੂਗਾ, ਹੈ ਨਾ, ਪਰ ਆਪਾਂ ਇਹਦੇ ਨਾਲ ਡਟ ਕੇ ਖੜ ਗਏ ਤਾਂ ਫਿਰ ਇਹਨੂੰ ਇਹਦੇ ਨਾਲ ਆਪਾਂ ਕੋਈ ਵੀ ਡੋਗਲਾ ਪੜਨਾ ਕਰੋ, ਆਪਾਂ ਖੜੇ ਹਾਂ ਤਾਂ ਖੜੇ ਹਾਂ। ਜੋਣ ਚੋਣ ਇਹਦੀ ਹੈ, ਜਿੱਤੂਗਾ ਵੀ ਜ਼ਰੂਰ ਜਿੱਤੂਗਾ, ਇਹਦੀ ਹਵਾ ਬਣ ਗਈ ਹੁਣ, ਕੋਈ ਜਮਾਂ ਵੀ ਇਹ ਘਬਰਾਵੇ ਨਾ, ਆਪਾਂ ਇਹਨਾਂ ਦੇ ਨਾਲ ਖੜੇ ਹਾਂ, ਵੱਧ ਤੋਂ ਵੱਧ ਅਸੀਂ ਮਦਦ ਕਰਾਂਗੇ। ਹਾਂਜੀ ਬਾਈ ਜੀ,
ਬਹੁਤ ਵਧੀਆ ਜੀ, ਠੀਕ ਹੈਗਾ, ਬਹੁਤ ਵਧੀਆ ਹੰਗਾਰਾ ਮਿਲ ਰਿਹਾ। ਹਾਂ, ਸਹਿਯੋਗ ਦੇਵਾਂਗੇ ਜਿਵੇਂ ਪਊਗਾ, ਜਿਵੇਂ ਸੰਗਰਾਮ ਪੱਤੀ ਜੋ ਅੱਜ ਇਹਨਾਂ ਨੂੰ ਵੱਡਾ ਹੰਗਾਰਾ ਮਿਲਿਆ। ਹਾਂਜੀ, ਤੁਹਾਨੂੰ ਲੱਗਦਾ ਵੀ ਮੁੰਡਾ ਪੂਰਾ ਫਾਈਟ 'ਚ ਆ ਗਿਆ? ਹਾਂ ਠੀਕ ਹੈ ਜੀ, ਬਹੁਤ ਵਧੀਆ ਹੈਗਾ, ਦੇਖਣ ਨੂੰ ਮਿਲ ਰਿਹਾ ਹੈਗਾ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਭਾਰੀ ਇਕੱਠ ਹੈ ਜਿਹੜਾ ਨਿਰਮਲ ਸਿੰਘ ਖੰਗੂੜੇ ਦਾ, ਬਹੁਤ ਹੀ ਭਾਰੀ ਇਕੱਠ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ। ਹਾਂਜੀ ਬਾਈ ਜੀ, ਕੀ ਲੱਗਦਾ ਜੀ, ਭਾਰੀ ਇਕੱਠ ਹੈ ਦੇਖ ਕੇ, ਲੱਗਦਾ ਤੁਹਾਨੂੰ ਕੀ ਲੱਗਦਾ ਵੀ ਦੇਖ ਕੇ ਟੱਕਰ ਹੈ ਪੂਰੀ? ਹਾਂਜੀ ਹਾਂਜੀ, ਟੱਕਰਾਂ ਵਾਲੀ ਤਾਂ ਗੱਲ ਨਿਬੜ ਗਈ, ਹੁਣ ਤਾਂ ਜਿੱਤ ਵਾਲੇ ਪਾਸੇ ਹੈਗੇ। ਠੀਕ ਹੈ, ਪਹਿਲੇ ਨੰਬਰ 'ਤੇ ਆ, 101% ਜਿੱਤ ਹੈ। ਠੀਕ ਹੈ, ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਪਿੰਡ 'ਚੋਂ। ਕੀ ਲੱਗਦਾ ਵੀ ਕਿੰਨੀ ਲੀਡ ਨਾਲ ਜਿੱਤੋਗੇ? ਅਸੀਂ ਤਾਂ ਕੋਈ ਲੀਡ ਤਾਂ ਹੈ ਹੀ ਨਹੀਂ ਜੀ, ਹੁਣ ਹੁਣ ਤਾਂ ਘੱਟੋ ਘੱਟ 2500-2000 ਲੀਡ ਨਾਲ ਜਿੱਤਾਂਗੇ ਜੀ। ਠੀਕ ਹੈ, ਹਾਂਜੀ ਬਾਈ ਜੀ, ਹਾਂਜੀ, ਕੀ ਲੱਗਦਾ ਹੈਗਾ? ਬਹੁਤ ਜਿੱਤ ਦੇ ਉੱਪਰ ਦੀ ਹੋ ਰਹੇ ਜੀ ਅਸੀਂ। ਅੱਛਾ, ਜਿੱਤ ਤੋਂ ਵੀ ਉੱਪਰ ਹੋ ਰਿਹਾ ਹੁਣ ਤਾਂ? ਠੀਕ ਹੈ, ਹਾਂਜੀ। ਸੋ ਕਿਹਾ ਜਾ ਰਿਹਾ ਵੀ ਜਿੱਤ ਤੋਂ ਵੀ ਉੱਪਰ ਦੀ ਹੈ ਕੰਮ, ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ। ਬਾਈ ਦੇਖੋ ਮੁੜੇ, ਦੇਖੋ ਜੀ ਮੁੜੇ, ਕਿੰਨਾ ਵਜ ਲੈ ਬਾਈ? 93 ਕਿਲੋ ਨੂੰ ਲੱਡੂ ਕਰੋ। ਨਿਰਮਲ ਸਿੰਘ ਖੰਗੂੜੇ ਦਾ ਭਾਰੀ ਇਕੱਠ ਹੈ ਦੇਖਣ ਨੂੰ ਮਿਲ ਰਿਹਾ ਤੁਹਾਨੂੰ, ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਹੜ੍ਹ ਆਇਆ ਹੋਇਆ, ਹੜ੍ਹ ਫਸਲਾਂ ਮੁਕਾਬਲਾ ਜੀ, ਅੱਜ ਕਿਹੜਾ, ਅੱਜ ਵਾਲਾ ਇਕੱਠ ਦੇਖ ਕੇ ਕੀ ਲੱਗਦਾ ਤੁਹਾਨੂੰ? ਬਹੁਤ ਵਧੀਆ ਲੱਗਦਾ, ਇਕੱਠ ਦੇਖ ਕੇ ਬਹੁਤ ਵਧੀਆ ਲੱਗਦਾ, ਲੱਗਦਾ ਵੀ ਚੋਣ ਹੈ, ਇੱਕ ਤਰਫਾ ਹੈ ਜਾਂ ਲੱਗਦਾ ਵੀ ਦੋ ਤਰਫਾ ਹੈ? ਨਾ 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 ਨਾ, ਫਸਲ ਮੁਕਾਬਲਾ, ਕੋਈ ਵੀ ਇੱਕ ਤਰਫਾ ਨਹੀਂ ਹੈ। ਠੀਕ ਹੈ, ਤੁਸੀਂ ਦੇਖ ਰੁਪਿਆਂ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਮਾਤਾ ਜੀ ਅੱਗੇ ਫੁੱਲ ਜੱਟ ਕੇ, ਤੁਹਾਨੂੰ ਕੀ ਲੱਗ ਰਿਹਾ ਵੀ ਜਿੱਤੂਗਾ ਮੁੰਡਾ? ਜਿੱਤੂਗਾ ਹੈ, ਠੀਕ ਹੈ ਜੀ, ਜਿੱਤੂਗਾ, ਜ਼ਰੂਰ ਜਿੱਤੂਗਾ ਬਾਈ। ਠੀਕ ਹੈ, ਅਸੀਂ ਕੀ ਗੱਲ ਹੈ, ਠੀਕ ਹੈ। ਨਗਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਦੇਖੋ, ਚਾਰ ਪੰਜ ਦਿਨ ਰਹਿ ਗਏ, ਹੱਥ ਬੰਨ ਕੇ ਬੇਨਤੀ ਹੈ ਵੀ ਜੱਜ ਕੇ ਸਾਥ ਦਿਓ, ਜੋ ਆਪਣੇ ਕੰਮ ਅਧੂਰੇ ਰਹਿੰਦੇ ਨੇ ਪਿੰਡ ਦੇ, ਤੁਹਾਡੀ ਪੱਤੀ ਦੇ ਲਾ ਲਓ, ਉਹ ਸਾਰੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ। ਜੋ ਇੱਧਰ ਪਾਣੀ ਦੀ ਸਮੱਸਿਆ, ਨਾਲਾ ਨਹੀਂ, ਜੋ ਵੀ ਕੰਮ ਹੈ ਉਹ
ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊ। ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਬਾਈ ਬਣ ਕੇ ਕੰਮ ਚਾਰ ਕੁ ਦਿਨ ਕੰਮ ਛੱਡ ਕੇ ਮੇਰਾ ਸਾਥ ਦਿਓ, ਉਸ ਤੋਂ ਬਾਅਦ 5 ਸਾਲ ਮੈਂ ਤੁਹਾਡਾ ਪੂਰਾ ਸਾਥ ਦਿਊ, ਦਿਨ ਰਾਤ ਤੁਹਾਡੇ ਨਾਲ ਹਾਂ। ਜਦੋਂ ਮਰਜ਼ੀ ਫੋਨ ਕਰਿਓ, ਜਦੋਂ ਮਰਜ਼ੀ ਘਰ ਆਇਓ, ਕਿਸੇ ਨੂੰ ਕਿਸੇ ਪ੍ਰਕਾਰ ਦੀ 5 ਸਾਲ ਦਿੱਕਤ ਨਹੀਂ ਆਉਣ ਦਿੰਦੀ। ਹਾਂਜੀ ਹਾਂ ਕਰਾਂਗੇ ਜੀ, ਪਹਿਲ ਦੇ ਆਧਾਰ ਤੇ ਕਰਾਂਗੇ। ਦੇਖੋ ਜੀ, ਵਾਟਰ ਬਾਕਸ ਦੀ ਮੰਗ ਇਹ ਹੈ ਵੀ ਆਪਾਂ 2 ਲੈ ਕੇ ਆਈਏ, ਇੱਕ ਇੱਥੇ ਲਾਈਏ ਤੇ ਇੱਕ ਉੱਧਰ ਲੈ ਕੇ ਆਈਏ ਪਿੰਡ ਦੇ, ਵੀ ਪਿੰਡ ਵਾਲਾ ਵੱਡਾ, ਇੱਕ ਨਾਲ ਫਿਰ ਵੀ ਕਵਰ ਨਹੀਂ ਹੋਣਾ ਸੀ। ਹਾਂ ਅੱਛਾ, ਆਰ ਓ ਨਾਲ, ਆਰ ਓ ਪਾਣੀ ਲੱਗੇ, ਆਰ ਓ ਫਿਲਟਰ ਹੋ ਕੇ ਆਵੇ। ਹਾਂਜੀ ਹਾਂ, ਬੱਚਿਆਂ ਲਈ ਆਪਾਂ ਸਟੇਡੀਅਮ ਵੀ ਲੈ ਕੇ ਆਈਏ, ਸਟੇਡੀਅਮ ਦੀ ਇਹ ਮੰਗ ਹੈ ਵੀ ਸਟੇਡੀਅਮ ਵੀ 2 ਲੈ ਕੇ ਆਈਏ, ਇੱਕ ਇੱਧਰ ਹੋ ਜੇ ਪਿੰਡ ਦੇ, ਇੱਕ ਇੱਧਰਲੇ ਪਾਸੇ ਹੋ ਜੇ। ਹਾਂ ਅਤੇ ਬੱਚਿਆਂ ਨੂੰ ਇਹ ਵੀ ਨਸ਼ਾ ਤੋਂ ਰਹਿਤ ਕਰੀਏ, ਜਦੋਂ ਆਪਣੇ ਲਵੇ ਗਰਾਊਂਡ ਹੀ ਨਹੀਂ ਹੈ, ਬੱਚੇ ਖੇਡਣਗੇ ਕਿੱਥੋਂ। ਹਾਂਜੀ ਹਾਂ, ਉਪਰਾਲਾ ਕਰਾਂਗੇ, ਪੂਰਾ ਨਸ਼ਾ ਮੁਕਤ ਕਰਾਂਗੇ ਪਿੰਡ ਨੂੰ। ਪਰ ਦੇਖੋ ਜੀ, ਨਗਰ ਦਾ ਸਹਿਯੋਗ ਨਾਲ ਚਾਹੀਦਾ ਮੈਨੂੰ, ਨਗਰ ਦੇ ਸਹਿਯੋਗ ਨਾਲ ਕੋਈ ਵੀ ਮਸਲਾ ਸਾਰੇ ਹੱਲ ਹੋ ਜਾਂਦੇ ਆ, ਪਰ ਨਗਰ ਦਾ ਸਹਿਯੋਗ ਹੋਵੇ। ਅੱਛਾ, ਪਿੰਡ ਦੇ ਵਿੱਚ ਜੋ ਕੂੜਾ ਕਰਕਟ ਕਿਤੇ ਡਿੱਗਦਾ, ਇਹ ਵੀ ਸੋਚਿਆ ਵੀ ਉਹਨੂੰ ਕਿਤੇ ਡੰਪ ਕਰੀਏ, ਉਹਨੂੰ ਡੰਪ ਕਰਕੇ ਕੁਛ ਸਮਾਂ ਉਹਦੇ ਲਈ ਮਿੱਥਿਆ ਜਾਵੇ, ਉਸ ਤੋਂ ਬਾਅਦ ਉਹਨੂੰ ਬਾਹਰ ਭੇਜਿਆ ਜਾਵੇ। ਅਸੀਂ ਤਾਂ ਆਪਣੇ ਮਾਡਲ ਟਾਊਨ ਗਏ ਜੀ ਕੱਲ੍ਹ, ਉੱਥੇ ਵੀ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਹੈ, ਉੱਥੇ ਕੰਮ ਕਾਰ ਅਧੂਰਾ ਪਿਆ। ਅੱਛਾ, ਉਹਦਾ ਨਕਸ਼ਾ ਯਾਨੀ ਕਿ ਬਹੁਤ ਅੱਛਾ ਬਣਿਆ ਹੋਇਆ, 2 ਘਰ 2 ਬੀਹਾਂ 'ਤੇ ਲੱਗਦਾ, ਲਾਈਟਿੰਗ ਵਗੈਰਾ ਲੱਗ ਕੇ ਉਹਦਾ ਮਤਲਬ ਤਾਂ ਵਧੀਆ ਸ਼ਾਨਦਾਰ ਬਣ ਸਕਦਾ ਜੀ ਚੰਡੀਗੜ੍ਹ ਦੀ ਤਰਫ, ਜੇ ਆਪਾਂ ਨੂੰ ਉਹਦੇ ਵੱਲ ਧਿਆਨ ਦਿੱਤਾ ਜਾਵੇ। ਹਾਂਜੀ, ਅਤੇ ਹਸਪਤਾਲ ਦੇਖੋ, ਹਸਪਤਾਲ ਦੀ ਮੰਗ ਸੀ, ਉਹ ਲੈ ਕੇ ਆਵਾਂਗੇ ਵੱਡਾ, ਅਤੇ ਜੋ ਕਿਸੇ ਦਾ ਕੋਈ ਪੈਨਸ਼ਨ ਦਾ ਕਾਰਡ ਹੈ, ਮਨ ਕੋਈ ਆਪਣਾ ਰਾਸ਼ਨ ਕਾਰਡ ਹੈ, ਕਣਕ ਵਾਲਾ ਕਾਰਡ ਹੈ, ਉਹ ਸਾਰੇ ਜੀ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਹਾਂ ਦੇਖ ਸਕਦੇ ਹੋ ਵੀ ਤਿੱਖਾ ਸਖਤ ਮੁਕਾਬਲਾ, ਪਰ ਪਿਆਰ, ਪਿਆਰ ਦੀ ਮਿਸਾਲ ਪਿੰਡ ਸ਼ਾਜਲੀ ਦੇ ਵਿੱਚ, ਪੂਰੀ ਪਿਆਰ ਦੇ ਨਾਲ ਜਿਹੜੀ ਲੜਾਈ ਹੈਗੀ, ਪੂਰੀ ਸ਼ਾਂਤੀ ਦੇ ਨਾਲ, ਸਰਪੰਚੀ ਪੰਚੀ ਦੀ ਜੋ ਜਿੱਤ ਹਾਰ, ਤਾਂ ਚਲੋ ਇੱਕ ਨੇ ਜਿੱਤਣਾ ਹੁੰਦਾ, ਇੱਕ ਨੇ ਹਾਰਨਾ ਹੁੰਦਾ, ਇਹ ਤਾਂ ਹੋਈ ਨਹੀਂ ਵੀ ਆਪਾਂ ਸਾਰੀ ਜਿੱਤ ਜਾਂਗੇ ਜਾਂ ਜਾਰੀ ਹਾਰ ਜਾਂਗੇ। ਦਰਸ਼ਕੋ, ਲਾਈਵ ਤੁਸੀਂ ਉੱਥੋਂ ਦਿਖਾਇਆ, ਸਾਰੀ ਗੱਲਬਾਤ ਕੀਤੀ ਬਾਈ ਦੇ ਨਾਲ, ਮੈਂ ਦੱਸਿਆ ਵੀ ਜਿਹੜੀਆਂ ਵੀ ਸਮੱਸਿਆਵਾਂ ਰਹਿੰਦੀਆਂ ਪਿੰਡ ਦੀਆਂ ਨੇ, ਉਹ ਸਾਰੀਆਂ ਸਮੱਸਿਆਵਾਂ ਹੱਲ ਕਰਾਂਗੇ, ਪੂਰਾ ਸਹਿਯੋਗ ਕਹਿੰਦੇ ਨਗਰ ਵੱਲੋਂ ਮੈਨੂੰ ਮਿਲਣਾ ਚਾਹੀਦਾ, ਕਿ ਮੈਨੂੰ ਮਿਲੂਗਾ ਅਤੇ ਮੈਂ ਜਿਹੜੇ ਹੱਲ ਹੈ ਮਸਲੇ ਸਾਰੇ ਹੱਲ ਕਰਾਂਗੇ। ਤੁਸੀਂ ਜੇ ਫਿਰ IPN ਵਰਲਡ TV ਤੋਂ ਤੁਸੀਂ ਹਾਂ, ਸਤਿ ਸ਼੍ਰੀ ਅਕਾਲ।